हां भाई नाक ना चाड़ चाड़ के नाक के ਤੁਹਾਡਾ ਤੇ ਜਿਹੜਾ ਮੀਨ ਨਾਲ ਕਿੰਨਾ ਕੁ ਨੁਕਸਾਨ ਹੋਇਆ ਖਾਲਸਾ ਵੈਜੀ ਕੀ ਫਤਿਹ ਜੀ ਤੇ ਕੁਲਵਿੰਦਰ ਸਿੰਘ ਤੇ ਨਾ ਜੀ ਅੱਤ ਕੋਲੇਆਂ ਵਾਲੇ ਪਿੰਡ ਆ ਜੀ ਆ ਵੇਖੋ ਤੁਸੀਂ ਤੇ ਨਰਮਾ ਕੱਲ ਵਾਲਾ ਤਾਂ ਮੀਂਹ ਨੇ ਜ਼ਿਮੀਦਾਰ ਨੂੰ ਜਮਾ ਹੀ ਖਤਮ ਕਰਤਾ ਪਹਿਲਾਂ ਅਸੀਂ ਬੋਰ ਛੱਡ ਛੱਡ ਕੇ ਬੋਰਾ ਦੇ ਪਾਣੀ ਲਾਏ ਪਾਣੀ ਦੀ ਬੰਦੀ ਬਹੁਤ ਆਈ ਹੈ ਹੁਣ ਤੇ ਮਹਾਰਾਜ ਨੇ ਵੇਖੋ ਕਿਹੜਾ ਸਾਡਾ 2 ਕੁਇੰਟਲ ਦੇ ਹਿਸਾਬ ਨਾਲ ਤਾਂ ਖੜਿਆ ਪਿਆ ਸੀ ਬਾਈ ਜੀ ਇਹ ਖਰਚਾ ਸੀ ਟੋਟਲ ਕਰ ਬੈਠੇ ਸਾਰਾ ਜ਼ਿਮੀਂਦਾਰ ਖਰਚਾ ਕਰ ਬੈਠਾ ਛੋਟਾ ਪਹਿਲਾਂ ਸੁੰਡੀ ਖਾ ਗਈ ਅਗਲੇ ਸਾਲ ਹੀ ਕੁਛ ਨਹੀਂ ਹੋਇਆ 2 ਕਿੱਲਾਂ ਚੋਂ ਤੱਕ ਕੁਇੰਟਲ ਹੋਇਆ ਵੀਰ ਜੀ ਆਇਕਦੀ ਵੇਖ ਲੋ ਅਸੀਂ ਚੁਗਣਦੇ ਸੀ ਸਾਨੂੰ ਤਗਰੀਬ ਨੂੰ ਨਾਲ ਫਾਇਦਾ ਸੀ ਕੋਈ ਚੋਣੀ ਦੇ 2 ਰੁਪਏ ਵੰਡਦੇ ਕੋਈ ਸਾਰਿਆਂ ਦਾ ਫਾਇਦਾ ਹੁੰਦਾ ਤੇ ਅਸੀਂ ਕੀ ਕਹਿੰਦੇ ਆ ਸਰਕਾਰ ਨੂੰ ਕਹਿੰਨੇ ਆ ਇਹਦੇ ਬੰਨੀ ਸਾਡੇ ਬੰਨੀ ਫਸਲਾਂ ਬੰਨੀ ਝਾਕਿਆ ਜਾਵੇ ਫੇਰ ਪਤਾ ਜ਼ਿਮੀਂਦਾਰ ਨੂੰ ਕਹਿੰਦੇ ਫਾਹੇ ਲੈਂਦੇ ਆ ਜ਼ਿਮੀਂਦਾਰ ਛੋਟਾ ਕਰੂਗਾ ਕੀ 65-65000 ਰੁਪਿਆ 66000 ਰੁਪਿਆ ਠੇਕੇ ਤੇ ਐ ਤੇ ਜ਼ਿਮੀਦਾਰ ਦਾ ਕੋਈ ਮਾੜਾ ਮੋਟਾ ਤੇ ਸਰਕਾਰ ਕੋਈ ਧਿਆਨ ਕਰੇ ਜੀ। ਨਾ ਕੀ ਬਾਈਓ ਆਪਣਾ ਗੁਰਰਾਜ ਸਿੰਘ ਜੀ ਪਿੰਡ ਕੋਲਿਆਂ ਵਾਲੀ ਹੂੰ ਕਿੰਨੀ ਪੈਲੀ ਕਿੰਨੀ ਆਪਣੀ ਜ਼ਮੀਨ 10 ਕਿੱਲੇ ਜੀ ਨਰਮਾ ਕਿਹਨੇ ਵਿਜਿਆ ਸੀ 4 ਕਿੱਲੇ ਜੀ ਹੁਣ ਕੀ ਹਾਲਾਤ ਕੀ ਹਾਲਾਤ ਬਿਲਕੁਲ 0% ਨੇ ਜੀ ਇਸ ਟਾਈਮ ਹੂੰ ਟੋਟਲ ਤਕਰੀਬਨ ਪਿੰਡ ਦੇ ਵਿੱਚ 50% ਖੇਤੀ ਨਰਮੇ ਦੀ ਸੀ 60% ਸਾਰੀ ਖਤਮ ਹੋ ਚੁੱਕੀ ਜੀ ਹੂੰ ਟੋਟਲ ਵੀ 90% ਨੁਕਸਾਨ ਹੈ ਇਸ ਟਾਈਮ ਜਿਹਦੇ ਵਿੱਚੋਂ 2 ਤੋਂ 3 ਕੁਇੰਟਲ ਨਰਮਾ ਹਰੇਕ ਜ਼ਿਮੀਂਦਾਰ ਦਾ ਖੜ ਚੁੱਕਿਆ ਸੀ ਠੀਕ ਹੈ ਜੀ ਉਹ ਤਾਂ ਹੁਣ ਹੱਥ ਨਹੀਂ ਆਉਂਦਾ ਜੀ ਉਹ ਤਾਂ ਵਿੱਚੇ ਗਲ ਜੇਗਾ ਤੇ ਤਕਰੀਬਨ ਜਿਹੜਾ ਕੋ ਟਿੰਡਾ ਹੈਗਾ ਕੋਈ ਸੁੰਡੀ ਨੇ ਖਰਾਬ ਕੀਤਾ ਪਹਿਲਾਂ ਨਰਮਾ ਬੀਤੀ 40% ਦੇ ਕਰੀਬ ਪਹਿਲਾਂ ਸੋਕਾ ਸੀ ਲੋਕਾਂ ਨੇ ਬੋਰ ਬੂ ਟੂਵਲ ਮੋਟਰਾਂ ਚਲਾ ਕੇ ਪਰਪਾਈ ਕੀਤੀ ਉਹਦੀ ਪਾਣੀ ਆਉਂਦਾ ਨਹੀਂ ਨਹਿਰ ਤੇ ਟਾਇਲ ਤੇ ਸਾਡਾ ਪਿੰਡ ਹੈ ਜੀ ਬਿਲਕੁਲ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਸਰਕਾਰ ਇਹਦੇ ਵੱਲ ਜ਼ਿਮੀਂਦਾਰਾਂ ਵੱਲ ਧਿਆਨ ਦੇਵੇ ਬਹੁਤ ਕੰਮ ਖਤਰਨਾਕ ਹੋਇਆ ਪਈ ਜ਼ਿੰਮੇਦਾਰ ਮੀਂਹ ਨਾਲ ਜਾਂ ਚੱਖੜ ਨਾਲ ਮੀਂਹ ਤੇ ਚੱਖੜ ਦੋਨੋਂ ਨਾਲ ਹੀ ਹੋਇਆ ਜੀ ਜੇ ਮੀਂਹ ਖੜ ਕੇ ਪੈਂਦਾ ਫਿਰ ਨੁਕਸਾਨ ਨਹੀਂ ਸੀ ਹੋਣਾ ਉਹਦੇ ਨਾਲ ਘੱਟੋ ਘਾਟ ਵੀ 100 ਦੀ ਸਪੀਡ ਤੇ ਚੱਖੜ ਸੀ ਜੀ ਜਿਨ੍ਹਾਂ ਨਾਲ ਮੁੱਢੋਂ ਹੀ ਬੂਟੇ ਪੱਤੇ ਗੇ ਨਰਮੇ ਦੇ ਤਾਂ ਕਿੰਨੇ ਘੰਟੇ ਰ ਪਿਆ ਕਿੰਨਾ ਕਮੀ ਪਿਆ ਇੱਕ ਘੰਟਾ ਤੋਂ ਲੈ ਕੇ ਸਵਾ ਘੰਟਾ ਤੱਕ ਮੀਂਹ ਪਿਆ ਜੀ ਲਗਾਤਾਰ ਅੱਛਾ ਅੱਛਾ ਹਾਂ ਜੀ ਇਨਾ ਕਿਨਾ ਹੁਣ ਖਰਚਾ ਹੁਣ ਤਾਂ ਚੁਗੜਨ ਵਾਲਾ ਖਰਚਾ ਤਾਂ ਤਕਰੀਬਨ ਅਸੀਂ 25-25 30000 ਰੁਪਏ ਕਿੱਲੇ ਤੇ ਕਰੀ ਬਿਠੇ ਆਂ ਜੀ ਅਸੀਂ ਹਮ ਇੱਕ ਏਕੜ ਤੇ ਕਿੱਲੇ ਸਾਡੇ 95 ਦੇ ਖਰਚਾ ਇਨਾ ਆਪਿਆ ਗੋਡੀਆਂ ਕਰਕੇ ਦਵਾਈਆਂ ਚਾਰ-ਚਾਰ ਪੰਜ-ਪੰਜ ਸਪਰੇਆਂ ਕਰਤੀਆਂ ਜੀ ਅਸੀਂ ਬੀਜ ਪਾਏ ਨੇ ਟਰੈਕਟਰ ਦਾ ਡੀਜ਼ਲ ਪਾਲਿਆ ਜੀ ਲੇਬਰਾਂ ਲਾਈਆਂ ਨੇ 25 ਤੋਂ 30000 ਖਰਚਾ ਅਸੀਂ ਪੂਰਾ ਮੰਨ ਕੇ ਚੱਲ ਸਾਡੀ ਇਸ ਟਾਈਮ ਫਸਲ ਤਿਆਰ ਸੀ ਜੀ ਟੋਟਲ 10 ਰੁਪਏ ਚਨਾਈ ਚੂਣੀ ਮੰਗਰੇ ਸੀ ਪਹਿਲਾਂ ਇਸ ਤੋਂ ਜਿਹਦੇ ਖਫਾਜ਼ਲ ਖੜੀ ਸੀ ਸਾਫ ਫਸਲ ਸੀ ਪਰ ਹੁਣ ਚੂਣੀ ਨੂੰ ਮੂੰਹ ਨਹੀਂ ਕਰਨਾ ਇਹਦੇ ਵੱਲ ਸਾਨੂੰ ਲ ਇਹ ਕੋਈ ਚੁਗਿਆ ਵੀ ਆ ਮਾੜਾ ਬੋਟਾ ਲੋਕ ਕੀ ਮੰਨ ਕੇ ਚਲੋ ਅਜੇ ਸ਼ੁਰੂ ਹੋਈ ਸੀ ਚਨਾਇ ਜੀ ਕਵਾਂਟਲ ਕਵਾਂਟਲ ਕਿਸੇ ਚੁਗਿਆ ਜੀ ਕਿਲੇ ਦੇ ਵਿੱਚੋਂ तकरीबन ਵਿਰਲੇ ਵਿਰਲੇ ਘਰਾਂ ਨੇ ਚੁਗਿਆ ਜੀ ਕਾਫੀ ਅਜੇ ਤਿਆਰ ਸੀ ਮੰਨ ਕੇ ਚਲੋ ਇੱਕ ਦੋ ਦਿਨ ਤੱਕ ਲੋਕਾਂ ਨੇ ਆਪਦਾ ਸ਼ੁਰੂ ਕਰਨਾ ਸੀ ਕੰਮ ਜੀ ਆ ਵੇਖੋ ਨਾ ਜਿਹੜਾ ਨਰਮਾ ਵਿੱਚ ਇਹਨੂੰ ਚੋਣੀ ਨੇ ਕੱਢਣਾ ਹੀ ਨਹੀਂ ਕਿਸੇ ਤਰੀਕੇ ਵੀ ਠੀਕ ਨਾ ਇਹਦਾ ਸਾਨੂੰ ਬਾਜ਼ਾਰ ਦੇ ਵਿੱਚ ਜਿੱਥੇ 7000 ਰੁਪਿਆ 7500 ਰੇਟ ਹੈ ਇਹਦਾ ਸਾਨੂੰ 3-4000 ਰੁਪਿਆ ਮਸਾਂ ਆਰਤੀਏ ਨੇ ਦੇਣਾ ਖਰਚੇ ਵਪਾਰੀ ਨੇ ਪਹਿਲੀ ਗੱਲ ਤੇਨੂੰ ਲੈਣਾ ਹੀ ਨਹੀਂ ਕਿਸੇ ਨੇ ਸਾਡੇ ਕੋਲੋਂ ਇਹਦੇ ਚ ਵੱਟਾ ਪਾਉਣਗੇ ਦਾ ਰੇਟ ਘਟਾਉਣਗੇ ਇਹਦੀ ਮਾਰ ਪੈ ਗਈ ਨਾ ਜ਼ਿਮੀਂਦਾਰ ਨੂੰ ਸਾਨੂੰ ਜੀ ਮੰਨ ਕੇ ਚਲੋ ਅੱਜ ਤੱਕ ਜਿਹੜਾ ਨਰਮਾ ਸਾਡਾ ਖਿੜਿਆ ਹੈ ਨਾ 2-3 ਕੁਇੰਟਲ ਕਿਲਾ 20000 ਦਾ ਸਾਡਾ ਨੁਕਸਾਨ ਖੜੇ ਪੈਰ ਹੋ ਗਿਆ ਇਹ ਉਹਦੇ ਵਿੱਚ